ਸਾਡੇ ਕੋਲ ਇਹ ਰਾਤ ਹੀ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਇੱਕ ਜਵੰਦਾ ਹਸਪੀਟਲ ਹੈਗਾ ਖੰਨਾ ਦੇ ਵਿੱਚ, ਉਹਦੇ ਵਿੱਚ ਕੁਝ ਲੋਕ ਇਲਾਜ ਕਰਵਾਉਣ ਵਾਸਤੇ ਆਏ ਸੀ। ਜੋ ਇਲਾਜ ਕਰਵਾਉਣ ਨੂੰ ਲੈ ਕੇ ਉਹਨਾਂ ਦੀ ਆਪਸ 'ਚ ਕੋਈ ਬਹਿਸ ਪਸਾਈ ਹੋ, ਤਾਂ ਜਿਸ ਕਰਕੇ ਉਹਨਾਂ ਨੇ ਜਿਹੜੀ ਫਿਰ ਉਹ ਬਹਿਸ ਪਸਾਈ ਤੋਂ ਬਾਅਦ ਉਹਨਾਂ ਨੇ ਡਾਕਟਰ ਦੀ ਪਤਾ ਲੱਗਿਆ ਕਿ ਡਾਕਟਰ ਦੀ ਜਿਹੜੀ ਉਹਨਾਂ ਨੇ ਮਾਰਕੁੱਟ ਵੀ ਕੀਤੀ, ਨਾਲ ਸਟਾਫ ਨਾਲ ਵੀ ਬਦਸਲੂਕੀ ਕੀਤੀ ਹੈ। ਜਿਸ ਦੇ ਰਿਗਾਰਡਿੰਗ ਜਦੋਂ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਸੀ, ਇਮੀਡੀਏਟਲੀ ਐਸ ਐਚ ਓ ਨੂੰ ਉੱਥੇ ਭੇਜ ਦਿੱਤਾ ਸੀਗਾ। ਅਤੇ ਜੋ ਵੀ ਹੈ, ਜੋ ਡਾਕਟਰਸ ਬਿਆਨ ਲਿਖਾਉਣਗੇ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ, ਉਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ। ਕੇਸ ਰਜਿਸਟਰ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਹਵਾਲਾ ਦਿੱਤਾ ਜਾਏਗਾ। ਹਾਂ, ਦੋ ਦੋਸ਼ੀਆਂ ਦੀ ਪਛਾਣ ਹੈ, ਇੱਕ ਬੰਦਾ ਆਈਡੈਂਟੀਫਾਈ ਹੋਇਆ ਹੈਗਾ। ਜਦੋਂ ਅਸੀਂ ਬਾਕੀ ਅਸੀਂ ਆਈਡੈਂਟੀਫਾਈ ਕਰ ਲਾਂਗੇ, ਜਦੋਂ ਇੱਕ ਬੰਦੇ ਦੀ ਅਰੈਸਟ ਹੋਏਗੀ, ਉਹਦੇ 'ਚ ਜੋ ਜੋ ਬੰਦੇ ਨਾਮਜ਼ਦ ਹੋਣਗੇ ਉਹਨਾਂ ਸਾਰਿਆਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜਾਏਗਾ। ਨਹੀਂ, ਹਾਲੇ ਉਹ ਇਨਵੈਸਟੀਗੇਟ ਕਰ ਰਹੇ ਹੈਗੇ। ਹਾਲੇ ਇਨਫੋਰਮੇਸ਼ਨ ਸਾਡੇ ਕੋਲ ਉਹ ਆਇਆ ਸੀ, ਹਾਲੇ ਡਾਕਟਰ ਸਾਹਿਬ ਦੀ ਸਟੇਟਮੈਂਟ ਆਈ ਹੈ, ਸਟੇਟਮੈਂਟ ਰਿਕਾਰਡ ਕਰਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਈ ਉਹ ਕਰਾਂਗੇ ਅਸੀਂ।